ਅਪਰ ਪੰਜਾਬੀ ਚੈਨਲ ਦੇ ਰਾਹੀਂ ਮੈਂ ਤੁਹਾਡੇ ਸਾਰਿਆਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਕੁਝ ਸਾਂਝੀਆਂ ਕਰਨ ਲੱਗੀ ਹਾਂ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ, ਖੁਸ਼ ਆਮਦੀਦ। ਗੱਲ ਕਰਨ ਜਾ ਰਹੀ ਹਾਂ ਅੱਜ ਮੈਂ ਲੇਡੀਜ਼ ਅਤੇ ਔਰਤਾਂ ਦੀ ਗੱਲ ਕਰਨ ਜਾ ਰਹੀ ਹਾਂ। ਛੋਟੀਆਂ ਛੋਟੀਆਂ ਬੱਚੀਆਂ ਨੂੰ ਵੇਖ ਲਓ, ਉਹਨਾਂ ਦਾ ਰੇਪ ਹੋ ਰਿਹਾ ਹੈ। 85 ਸਾਲ ਦੀ ਬੇਬੇ ਨੂੰ ਵੇਖ ਲਓ, ਉਹਦਾ ਰੇਪ ਹੋ ਰਿਹਾ ਹੈ। ਸਾਡੇ ਲਈ ਕਿੰਨੀ ਸ਼ਰਮ ਦੀ ਗੱਲ ਹੈ। ਗੁਰੂਆਂ ਪੀਰਾਂ ਦੀ ਧਰਤੀ ਜਿਹੜੀ ਹੈ, ਜਿਹਨੂੰ ਗੁਰੂਆਂ ਪੀਰਾਂ ਦਾ ਜਨਮ ਹੋਇਆ, ਉਹਦੇ ਸੂਰਬੀਰਾਂ ਦਾ ਜਨਮ ਹੋਇਆ, ਜਿਹੜੀ ਜੱਗ ਜਨਣੀ ਔਰਤ ਮਰਦ ਨੂੰ ਪੈਦਾ ਕਰਦੀ ਹੈ। ਇੱਕ ਮਰਦ ਜਿਹੜਾ ਹੈ 9 ਮਹੀਨੇ ਉਹਨੂੰ ਆਪਣੀ ਕੁੱਖ ਦੇ ਵਿੱਚ ਰੱਖਦੀ ਹੈ, ਉਹਨੂੰ ਇਹ ਸੰਸਾਰ ਵਿਖਾਉਂਦੀ ਹੈ। ਜਿੱਥੋਂ ਤੁਸੀਂ ਜਨਮ ਲੈਂਦੇ ਹੋ, ਜਿਹਨੂੰ ਚੁੰਗ ਕੇ ਜਵਾਨ ਹੁੰਦੇ ਹੋ, ਉਸ ਜਿਸਮ ਨੂੰ ਤੁਸੀਂ ਲੋਕ ਨੋਚਦੇ ਹੋ, ਉਹਨਾਂ ਲੋਕਾਂ ਦੀ ਗੱਲ ਕਰ ਰਹੀ ਹਾਂ ਜਿਨ੍ਹਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਰੇਪ ਹੁੰਦੇ ਨੇ। ਛੋਟੀਆਂ ਛੋਟੀਆਂ ਬੱਚੀਆਂ ਦੇ 85 ਸਾਲ ਦੀ ਮਾਂ ਦਾ ਰੇਪ ਹੋ ਰਿਹਾ ਹੈ। ਜੇ ਅਸੀਂ ਆਪਣੀਆਂ ਮਾਵਾਂ ਭੈਣਾਂ ਦੀ ਪੱਤ ਹੀ ਰੋਲ ਦਿੱਤੀ, ਅਸੀਂ ਕੀ ਸੰਭਾਲ ਕੇ ਰੱਖਿਆ ਇਸ ਧਰਤੀ 'ਤੇ? ਸਾਡਾ ਜਨਮ ਲਿਆ ਕਿਸ ਕੰਮ ਦਾ ਹੈ? ਸਾਡੀ ਜ਼ਿੰਦਗੀ ਵਿਅਰਥ ਹੈ। ਕਿਉਂਕਿ ਜੇ ਤੁਸੀਂ ਇੱਕ ਔਰਤ ਦੀ ਇੱਜ਼ਤ ਨਹੀਂ ਕਰ ਸਕਦੇ ਨਾ, ਤਾਂ ਤੁਸੀਂ ਦੁਨੀਆ 'ਤੇ ਕੁਝ ਵੀ ਨਹੀਂ ਕਰ ਸਕਦੇ। ਤੁਹਾਡਾ ਜਨਮ ਲੈਣਾ ਜਿਹੜਾ ਇਸ ਧਰਤੀ 'ਤੇ ਇੱਕ ਬੋਝ ਬਣ ਕੇ ਰਹਿ ਜਾਂਦਾ ਹੈ। ਸਾਡੀ ਪੰਜਾਬ ਦੀ ਧਰਤੀ ਜਿਹੜੀ ਹੈ, ਬੜੀ ਮਾਣਮੱਤੀ ਧਰਤੀ ਹੈ। ਸੋ ਅਸੀਂ ਕੀ ਸਿਰ 'ਚ ਸਵਾਹ ਪਾ ਰਹੇ ਹਾਂ? ਆਪਣੇ ਵਿਰਸੇ ਨੂੰ, ਆਪਣੀ ਵਿਰਾਸਤ ਨੂੰ ਕਿਸ ਪਾਸੇ ਲੈ ਕੇ ਜਾ ਰਹੇ ਹਾਂ? ਅਸੀਂ ਕੀ ਸਵਾਹ ਪਾ ਰਹੇ ਹਾਂ? ਜੋ ਅੱਜ ਦੇ ਹਾਲਾਤ ਬਣੇ ਹੋਏ ਨੇ, ਥਾਂ ਥਾਂ 'ਤੇ ਗੁੰਡਾਗਰਦੀਆਂ, ਥਾਂ ਥਾਂ 'ਤੇ ਰੇਪ ਹੋ ਰਹੇ ਨੇ, ਇਹ ਚੀਜ਼ਾਂ ਜਿਹੜੀਆਂ ਨੇ, ਉਹਦੇ ਲਈ ਅਸੀਂ ਕਿਤੇ ਨਾ ਕਿਤੇ ਗਾਇਕ, ਰਾਈਟਰ ਵੀ ਜ਼ਿੰਮੇਵਾਰ ਹਾਂ। ਅਸੀਂ ਕੀ ਲਿਖਦੇ ਹਾਂ? ਅਸੀਂ ਕਹਿੰਦੇ ਹਾਂ ਗਾਉਣ ਵਾਲਿਆਂ ਦੇ ਗੀਤਾਂ ਦੇ ਨਾਲ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ, ਦੁਨੀਆ ਨੂੰ ਕੋਈ ਅਸਰ ਨਹੀਂ ਹੁੰਦਾ, ਪਰ ਇਹ ਗਲਤ ਗੱਲ ਹੈ। ਅਸਰ ਹੁੰਦਾ ਹੈ। ਜਿਹੜਾ ਛੋਟਾ ਜਿਹਾ ਬੱਚਾ ਹੈ, 2-3-4 ਸਾਲ ਦਾ ਬੱਚਾ ਹੈ, ਉਹਦੇ ਮਨ 'ਤੇ ਕੀ ਹੈ? ਜੋ ਉਹਨੇ ਵੇਖ ਲਿਆ, ਜੋ ਸੁਣ ਲਿਆ, ਉਹੀ ਸ਼ੀਸ਼ਾ ਉੱਕਰ ਜਾਣਾ ਹੈ, ਉਹ ਕੋਰਾ ਕਾਗਜ਼ ਹੈ। ਉਹਦੇ 'ਤੇ ਉਹ ਲਫ਼ਜ਼ ਲਿਖੇ ਜਾਣੇ ਨੇ ਜਿਹੜੇ ਉਹਨੇ ਸੁਣ ਲਏ। ਮੈਂ ਆਪਣੀ ਗੱਲ ਕਰਦੀ ਹਾਂ, ਜਦੋਂ ਮੈਂ ਬੜੀ ਛੋਟੀ ਸੀ, ਜਿਹੜੇ ਗੀਤ ਸੁਣ ਲੈਂਦੀ ਸੀ ਉਹ ਮੈਨੂੰ ਯਾਦ ਰਹਿ ਜਾਂਦੇ ਸੀ। ਅੱਜ ਮੈਨੂੰ ਉਹ ਗੀਤ ਯਾਦ ਨਹੀਂ ਰਹਿੰਦੇ, ਕਿਉਂਕਿ ਅੱਜ ਮੈਂ ਉਹਨਾਂ ਗੀਤਾਂ ਦੇ ਮਤਲਬ ਸਮਝ ਗਈ ਹਾਂ। ਔਰ ਜਿਹੜੇ ਛੋਟੇ ਛੋਟੇ ਬੱਚੇ ਨੇ, ਜਦੋਂ ਉਹ ਗੀਤਾਂ ਨੂੰ ਸੁਣਦੇ ਨੇ, ਡਾਂਗਾਂ ਦੀ ਗੱਲ ਕਰਦੇ ਨੇ, ਸੋਟਿਆਂ ਦੀ ਗੱਲ ਕਰਦੇ ਨੇ, ਵੈਲੀਆਂ ਦੀ ਗੱਲ ਕਰਦੇ ਨੇ, ਜਦੋਂ ਉਹਨਾਂ ਗੀਤਾਂ ਨੂੰ ਬੱਚੇ ਸੁਣਦੇ ਨੇ, ਤਾਂ ਉਹ ਗੀਤਾਂ ਦੇ ਜਿਹੜੇ ਲਫ਼ਜ਼ ਨੇ ਉਹਨਾਂ ਦੇ ਮਨ 'ਤੇ ਉੱਕਰ ਜਾਂਦੇ ਨੇ, ਅਤੇ ਉਹੀ ਉਹਨਾਂ ਦੇ ਬੁਰਾ ਪ੍ਰਭਾਵ ਪਾਉਂਦੇ ਨੇ, ਜਿਹੜੇ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਕ੍ਰਿਮੀਨਲ ਬਣਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੇ ਨੇ। ਇਹ ਇੱਕ ਬਹੁਤ ਵੱਡੀ ਸੱਚਾਈ ਹੈ। ਅੱਜ ਮੈਂ ਰੇਪ ਦੀ ਗੱਲ ਕਰ ਰਹੀ ਸੀ, ਔਰਤਾਂ ਦੀ ਗੱਲ ਕਰ ਰਹੀ ਸੀ। ਜੇ ਅਸੀਂ ਔਰਤ ਦੀ ਗੱਲ ਕਰਦੇ ਹਾਂ, ਰੇਪ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਗੀਤਾਂ ਦੇ ਵੀਡੀਓਜ਼ ਦੇ ਫਿਲਮਾਂਕਣ ਜਿਹੜੇ ਨੇ ਉਹ ਇਦਾਂ ਦੇ ਹੁੰਦੇ ਨੇ। ਗੱਲ ਪੰਜਾਬ ਦੀ ਹੋ ਰਹੀ ਹੁੰਦੀ ਆ, ਪੰਜਾਬੀ ਸੱਭਿਆਚਾਰ ਦੀ ਹੋ ਰਹੀ ਹੁੰਦੀ ਆ, ਦਿਖਾਇਆ ਉਹਦੇ ਵਿੱਚ ਕੀ ਜਾ ਰਿਹਾ ਹੁੰਦਾ ਹੈ? ਜਦੋਂ ਅਸੀਂ ਇਦਾਂ ਦੀਆਂ ਵੀਡੀਓਜ਼ ਨੂੰ ਵੇਖਦੇ ਹਾਂ, ਇਦਾਂ ਦੀਆਂ ਵੀਡੀਓਜ਼ ਨੂੰ ਅਸੀਂ TV 'ਤੇ ਵੇਖਦੇ ਹਾਂ, YouTube 'ਤੇ ਵੇਖਦੇ ਹਾਂ, ਕੁਛ ਆਪੱਤੀਜਨਕ ਸ਼ਬਦਾਵਲੀ ਜਿਹੜੀ ਹੈ ਉਹਨੂੰ ਅਸੀਂ ਗੀਤਾਂ ਵਿੱਚ ਸੁਣਦੇ ਹਾਂ, ਉਹਦੇ ਨਾਲ ਕੀ ਹੁੰਦਾ ਹੈ? ਤੁਹਾਡੇ ਮਨ ਦੇ ਅੰਦਰ ਦੇ ਜਿਹੜੇ ਹਾਵ ਭਾਵ ਨੇ, ਤੁਹਾਡੀਆਂ ਜਿਹੜੀਆਂ ਉਤੇਜਕ ਇੰਦਰੀਆਂ ਨੇ, ਉਹ ਉਤੇਜਿਤ ਹੋ ਜਾਂਦੀਆਂ ਨੇ। ਜਦੋਂ ਉਹ ਉਤੇਜਿਤ ਹੁੰਦੀਆਂ ਨੇ, ਤਾਂ ਉਸ ਵਕਤ ਕੀ ਪਣਪਦਾ ਹੈ? ਉਸ ਵਕਤ ਕੀ ਪੈਦਾ ਹੁੰਦਾ ਹੈ? ਕ੍ਰਾਈਮ ਪੈਦਾ ਹੁੰਦਾ ਹੈ। ਸੋ ਗੁਜਾਇਸ਼ ਹੈ ਮੇਰੀ ਸਾਰਿਆਂ ਨੂੰ, ਜੇ ਤੁਹਾਡੇ ਕਿਸੇ ਦੇ ਕੋਲ ਕੋਈ ਵੀ ਦਮ ਹੈ, ਤੁਹਾਡੇ ਵਿੱਚ ਕੋਈ ਵੀ ਬਲ ਹੈ, ਤੁਹਾਨੂੰ ਉਸ ਰੱਬ ਨੇ ਕੋਈ ਹੁਨਰ ਦਿੱਤਾ ਹੈ, ਤਾਂ ਉਹਦਾ ਸਹੀ ਇਸਤੇਮਾਲ ਕਰੋ, ਉਹਦਾ ਸਹੀ ਪ੍ਰਯੋਗ ਕਰੋ, ਤਾਂ ਜੋ ਇਸ ਸਮਾਜ ਨੂੰ ਕੋਈ ਸੇਧ ਮਿਲ ਸਕੇ, ਸਮਾਜ ਨੂੰ ਕੋਈ ਸ਼ੀਸ਼ਾ ਮਿਲ ਸਕੇ। ਕੰਮ ਕਰਨਾ ਜ਼ਿੰਦਗੀ 'ਚ ਬੜਾ ਜ਼ਰੂਰੀ ਹੁੰਦਾ ਹੈ। ਅਸੀਂ ਸਾਰੇ ਕੰਮ ਕਰਦੇ ਹਾਂ, ਅਸੀਂ ਸਾਰੇ ਇੱਕ ਪੇਟ ਦੇ ਲਈ ਹੀ ਕੰਮ ਕਰਦੇ ਹਾਂ, ਪਰ ਉਹ ਕੰਮ ਨੂੰ ਇੱਦਾਂ ਦੀ ਕਾਰ ਬਣਾਓ ਕਿ ਜਦੋਂ ਅਸੀਂ ਮਰ ਜਾਂਦੇ ਹਾਂ, ਸ਼ਮਸ਼ਾਨ ਵਿੱਚ ਪਏ ਹੁੰਦੇ ਹਾਂ, ਅਤੇ ਉਸ ਵਕਤ ਲੋਕ ਸਾਡੀ ਸਿਫਤ ਕਰਨ, ਨਾ ਕਿ ਸਾਨੂੰ ਲੋਕ ਇਹ ਕਹਿਣ ਕਿ ਚੰਗਾ ਹੋਇਆ ਦੁਨੀਆ ਤੋਂ, ਧਰਤੀ ਤੋਂ ਇਹ ਭਾਰ ਘਟ ਗਿਆ। ਇਹਨਾਂ ਚੀਜ਼ਾਂ ਨੂੰ ਸੋਚਣਾ ਜਿਹੜਾ ਹੈ, ਸਾਡਾ ਇਨਸਾਨ ਹੋਣ ਦੇ ਨਾਤੇ ਇੱਕ ਫਰਜ਼ ਬਣਦਾ ਹੈ, ਸਾਡੀ ਇੱਕ ਜ਼ਿੰਮੇਵਾਰੀ ਬਣਦੀ ਆ। ਜੇ ਅੱਜ ਅਸੀਂ ਔਰਤ ਦੀ ਗੱਲ ਕਰੀਏ, ਅਸੀਂ ਔਰਤਾਂ ਵੀ ਬਹੁਤ ਕੁਛ ਇੱਦਾਂ ਦਾ ਕਰਦੀਆਂ ਵਾਂ ਜਿਹੜੀਆਂ ਕਿ ਮਰਦਾਂ ਨੂੰ ਉਤੇਜਿਤ ਕਰਦੀਆਂ ਵਾਂ, ਫਿਰ ਬਹੁਤ ਸਾਰੇ ਜਿਹੜੇ ਕ੍ਰਾਈਮ ਨੇ ਉਹ ਪਣਪਦੇ ਨੇ, ਬਹੁਤ ਸਾਰੇ ਕ੍ਰਾਈਮ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਸਾਰੇ ਅਸੀਂ ਜ਼ਿੰਮੇਵਾਰ ਬਣੀਏ, ਰਲ ਮਿਲ ਕੇ ਇੱਕ ਹੰਭਲਾ ਮਾਰੀਏ, ਇਹਨਾਂ ਸਾਰੀਆਂ ਚੀਜ਼ਾਂ ਨੂੰ ਬੜੇ ਹੀ ਗਹਿਰਾਈ ਦੇ ਨਾਲ ਵਿਚਾਰੀਏ, ਉਹਦੇ ਤੋਂ ਬਾਅਦ ਅਸੀਂ ਇਸ ਸਮਾਜ ਨੂੰ ਇੱਕ ਖੂਬਸੂਰਤ ਸ਼ੀਸ਼ਾ, ਇਸ ਚੰਗੇ ਨਾਗਰਿਕ ਬਣੀਏ। ਅਗਰ ਅਸੀਂ ਚੰਗੇ ਨਾਗਰਿਕ ਬਣ ਜਾਂਦੇ ਹਾਂ, ਅਸੀਂ ਚੰਗੇ ਇਨਸਾਨ ਬਣ ਜਾਂਦੇ ਹਾਂ, ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝ ਲੈਂਦੇ ਹਾਂ, ਅਸੀਂ ਆਪਣੇ ਫਰਜ਼ਾਂ ਨੂੰ ਸਮਝ ਲੈਂਦੇ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਗੁਨਾਹ ਜਿਹੜੇ ਨੇ ਉਹ ਘੱਟ ਸਕਦੇ ਨੇ। ਥੈਂਕ ਯੂ।